हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਏ ਹਾਂ ਜਿਹਦੇ ਅਧੀਨ ਔਸਤ ਵਾਲਾ ਜਿਹੜਾ ਪ੍ਰੈਕਟਿਸ ਸੈੱਟ ਆਪਾਂ ਸ਼ੁਰੂ ਕੀਤਾ ਹੋਇਆ ਔਰ ਇਹਦੇ 18 ਨੰਬਰ ਸਵਾਲ ਦੇ ਉੱਤੇ ਆਪਾਂ ਪਹੁੰਚ ਗਏ ਕਿੰਦਾ ਦੋ ਤੋਂ ਸ਼ੁਰੂ ਹੋਣ ਵਾਲੀਆਂ ਪੰਜ ਲਗਾਤਾਰ ਜਿਸਤ ਸੰਖਿਆਵਾਂ ਦੀ ਔਸਤ ਹੋਵੇਗੀ ਤਾਂ ਬੇਟਾ ਔਸਤ ਬਰਾਬਰ ਇਹ ਪਹਿਲੀਆਂ ਪੰਜ ਲਗਾਤਾਰ ਠੀਕ ਹੈ 5 2 ਜਮਾ 4 ਆ ਦੂਜੀ 4 ਹੋਗੀ ਤੀਜੀ 6 ਚੌਥੀ 8 ਤੇ ਪੰਜਵੀਂ 10 ਠੀਕ ਹੈ ਇਹਨਾਂ ਦਾ ਜੋੜ ਵਟਾ ਸੰਖਿਆਵਾਂ ਕਿੰਨੀਆਂ 5 ਠੀਕ ਹੈ ਬੇਟਾ ਤਾਂ 4 ਤੇ 2 6 ਤੇ 6 12 ਤੇ 8 20 ਤੇ 10 30 ਬਰਾਬਰ 30 ਵਟਾ 5 5 ਨੂੰ 6 30 ਤਾਂ ਪੰਜ ਜਿਸਤ ਸੰਖਿਆਵਾਂ ਦੀ ਔਸਤ ਕਿੰਨੀ ਆ ਗਈ 6 ਆਪਾਂ ਅਲਟਰਨੇਟਿਵ ਆਨਸਰ ਦੇਖਾਂਗੇ ਤਾਂ 3 ਨੰਬਰ ਦੇ ਉੱਤੇ ਬਟਾਏ 6 ਉੱਤਰ ਦਿੰਦਾ ਭਈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਕਹਿੰਦਾ ਭਈ 5 ਰस्सੀਆਂ ਦੀ ਲੰਬਾਈ ਕ੍ਰਮਵਾਰ ਆਹ ਦਿੱਤੀ ਹੋਈ ਹੈ ਤੇ ਕਹਿੰਦਾ ਰस्सੀਆਂ ਦੀ ਔਸਤ ਲੰਬਾਈ ਪਤਾ ਕਰੋ ਹੈਗੀ ਹੈ ਉਹ ਕੀ ਹੁੰਦੀ ਔਸਤ ਕਿਵੇਂ ਕੱਢੀਦੀ ਹੈ ਔਸਤ ਬਰਾਬਰ ਹੈ ਅੰਕੜਿਆਂ ਦਾ ਕੁੱਲ ਜੋੜ ਅੰਕੜਿਆਂ ਦਾ ਕੁੱਲ ਜੋੜ ਵਟਾ ਅੰਕੜਿਆਂ ਦੀ ਦੀ ਸੰਖਿਆ ਠੀਕ ਹੈ ਅੰਕੜਿਆਂ ਦਾ ਕੁੱਲ ਜੋੜ ਕੀ ਹੈ ਆ ਸਾਰੇ ਅੰਕੜੇ ਸਾਡੇ ਕੋਲੇ ਇਹਨਾਂ ਨੂੰ ਆਪਾਂ ਜੋੜ ਦੇਵਾਂਗੇ ਇਹ ਬਣ ਗਏ 5 5.2 6.3 7.2 ਜਮਾਤ 6.3 ਤਾਂ ਸਾਰੇ ਦਾ ਬਟਾ ਅੰਕੜੇ ਕਿੰਨੇ ਆ 1 2 3 4 ਤੇ 5 ਠੀਕ ਹੈ ਬੇਟਾ ਤਾਂ ਆਪਾਂ ਇਹਨਾਂ ਨੂੰ ਜੋੜ ਲੈਣੇ ਆ ਠੀਕ ਹੈ ਤੁਸੀਂ ਇਹਨੂੰ ਇਸ ਤਰ੍ਹਾਂ ਲਿਖ ਲੈਣਾ ਬੇਟਾ 5.0 ਇਹਨੂੰ 0 ਲਿਖ ਸਕਦੇ ਆ 5.2 6.3 7.2 ਤੇ 6.3 ਆਪਾਂ ਜੋੜਾਂਗੇ 2 3 5 2 7 ਤੇ 3 10 ਇੱਕ ਹੰਸ ਲਾ ਗਿਆ 1 6 7 7 14 6 20 5 25 5 30 ਤਾਂ ਇਹ ਆ ਗਿਆ ਬੇਟਾ 30 5 5 ਨੂੰ 6 ਕਾ 30 ਤਾਂ ਆਸਤ ਆ ਗਈ ਸਾਡੇ ਕੋਲੇ 6 ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰ ਲੈਨੇ ਆ 2 ਨੰਬਰ ਆਲਟਰਨੇਟਿਵ ਦੇ ਵਿੱਚ ਬੇਟਾ 6 ਆਸਤ ਉੱਤਰ ਦਿੰਦਾ ਭਈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਸਵਾਲ ਨੰਬਰ 19 ਹੂਣ ਬੇਟਾ ਆਪਾਂ ਇਸੇ ਸੈੱਟ ਦੇ ਸਵਾਲ ਨੰਬਰ 20 ਦੇ ਉੱਤੇ ਆ ਗਏ ਠੀਕ ਹੈ ਸਵਾਲ ਨੰਬਰ 20 ਦੇ ਉੱਤੇ ਧਿਆਨ ਨਾਲ ਦੇਖੋ ਕੀ ਕਹਿੰਦਾ ਪਿਆ ਕਹਿੰਦਾ ਰਹੀਮ ਦੇ ਪਹਿਲੇ 7 ਮਹੀਨਿਆਂ ਦੇ ਔਸਤ ਖਰਚ 800 ਰੁਪਏ ਅਗਲੇ 5 ਮਹੀਨਿਆਂ ਦਾ 900 ਰੁਪਏ ਉਸ ਦਾ ਮਹੀਨਾਵਾਰ ਔਸਤ ਖਰਚ ਪਤਾ ਕਰੋ ਠੀਕ ਹੈ ਤਾਂ ਸਾਲ ਦੇ ਵਿੱਚ ਕਿੰਨੇ ਮਹੀਨੇ ਹੁੰਦੇ ਬੇਟਾ 12 ਠੀਕ ਹੈ ਤਾਂ ਆਪਾਂ 12 ਮਹੀਨਿਆਂ ਦੀ ਕੁੱਲ ਖਰਚ ਪਹਿਲਾਂ ਲਵਾਂਗੇ ਔਸਤ ਬਰਾਬਰੇ ਔਸਤ ਬਰਾਬਰ 12 ਮਹੀਨੇ ਦਾ ਕੁੱਲ ਖਰਚ 12 ਠੀਕ ਹੈ ਤਾਂ ਬੇਟਾ 12 ਮਹੀਨੇ ਦਾ ਪਹਿਲੇ 7 ਮਹੀਨਿਆਂ ਦਾ ਔਸਤ ਖਰਚਾ 800 ਰੁਪਏ ਆ ਤਾਂ 800 7 ਠੀਕ ਹੈ ਜਮਾ ਠੀਕ ਹੈ ਅਗਲੇ 5 ਮਹੀਨਿਆਂ ਦਾ 900 900 5 ਤੇ ਸਾਰੇ ਦਾ ਵਟਾ 12 ਇਹਦੇ ਵਿੱਚ ਵੀ ਬੇਟਾ ਉਹੀ ਬਾਰਡ ਮਾਸ ਦੇ ਰੂਲ ਦੇ ਆਏ 87 56 5600 ਤੇ 4500 5600 4500 4500 12 ਇਹ ਆ ਗਿਆ ਬੇਟਾ ਸਾਡੇ ਕੋਲੇ 549 10100

3 ਤੇ ਭਾਗ ਦਿੰਨੇ ਆ 3 8 24 1 25 12 3 ਚੋਕੇ 12 5 ਲਾ ਲੇ 3 1 3 2 ਇੱਥੇ ਡੈਸੀਮਲ ਲਾ ਕੇ ਇੱਥੇ ਜ਼ੀਰੋ ਲਾ ਲਈ 3 6 ਕੇ 18 2 ਫਿਰ 3 6 ਕੇ 18 ਠੀਕ ਹੈ 0 ਤੇ ਇਹ ਬੇਟਾ ਇਦਾਂ ਹੀ 841 ਰੁਪਏ 68 ਪੈਸੇ ਜਾਂ 841.66 ਉੱਤਰ ਆਉਂਦਾ ਪਿਆ ਆਪਾਂ ਆਲਟਰਨੇਟਿਵ ਆਂਸਰ ਹੈ ਜਿਹੜੇ ਇਹਦੇ ਚੈੱਕ ਕਰਦੇ ਆ ਤਾਂ ਬੇਟਾ ਆਹਾ 841. ਸਹੀ 2/3.68 ਸੀ ਨਾ 841 ਰੁਪਏ 68 ਪੈਸੇ ਆਇਆ ਸੀ ਜੇ ਭਟਿਆਂ ਚ ਲਾਵਾਂਗੇ ਤਾਂ ਆਹਾ ਉੱਤਰ ਆ ਜਾਣਾ ਸਾਡਾ ਇਹਦੇ ਇਹ ਸੀਗਾ ਇਹਦਾ ਸਵਾਲ ਨੰਬਰ ਵੀ ਅਗਲਾ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇਹ ਵੀਡੀਓ ਦੇਖ ਕੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ